ਇਹ ਨਾਥ ਪਰਗਾਸ ਸੰਸਥਾ ਵੱਲੋਂ ਜੋ ਚੜ੍ਹਿਆ ਬਸੰਤ ਕਵੀ ਦਰਬਾਰ ਕਰਾਇਆ ਜਾਂਦਾ ਔਰ ਵਿੱਚ ਸਭ ਤੋਂ ਜਿਹੜੀ ਸ਼ੁਰੂਆਤ ਹੈ ਇਹ ਬਸੰਤ ਰਾਗ ਦੇ ਵਾਦਨ ਨਾਲ ਅਤੇ ਗਾਇਨ ਨਾਲ ਕੀਤੀ ਜਾਂਦੀ ਆ ਜਿਹੜੀ ਕਿ ਬਸੰਤ ਦਾ ਭਾਵ ਮਤਲਬ ਖੇੜਾ ਔਰ ਸਾਹਿਤ ਹੈ ਜਿਹੜਾ ਜੀਵਨ ਨੂੰ ਖੇੜਾ ਬਖਸ਼ਦਾ ਕਵਿਤਾ ਖੇੜਾ ਬਖਸ਼ਦੀ ਹੈ ਔਰ ਜੋ ਨਾਥ ਪਰਗਾਸ ਦੇ ਜਿੰਨੇ ਇਹ ਮੈਂਬਰਾਨ ਨੇ ਜਿੰਨੇ ਇਹ ਕਾਰਕੁਨ ਨੇ ਜਿੰਨੇ ਵਰਕਰ ਨੇ ਉਹਨਾਂ ਦੀ ਦਿਲੀ ਇੱਛਾ ਇਹ ਹੈ ਕਿ ਜਿਹੜਾ ਜੀਵਨ ਹੈ ਇਹਦਾ ਵਿਕਾਸ ਹੋਵੇ ਫੈਲਾਓ ਆਵੇ ਖੇੜਾ ਹੋਵੇ ਔਰ ਇਸ ਸੰਬੰਧ ਦੇ ਵਿੱਚ ਜਿਹੜਾ ਕਵੀ ਦਰਬਾਰ ਅਤੇ ਸਾਰਾ ਸਮਾਗਮ ਹੈ ਜਿਹੜਾ ਕੀਤਾ ਜਾਂਦਾ ਬਹੁਤ ਗਹਿਰੀ ਚਰਚਾ ਹੁੰਦੀ ਹੈ ਵੱਖ ਵੱਖ ਵਿਸ਼ਿਆਂ 'ਤੇ ਜ਼ਿੰਦਗੀ 'ਤੇ ਲਿਟਰੇਚਰ 'ਤੇ ਰਾਜਨੀਤੀ 'ਤੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਜੋ ਮਿੱਤਰ ਨੇ ਇਹਨਾਂ ਕੋਲ ਬੜੀ ਡੂੰਘੀ ਇੱਕ ਇਨਸਾਈਟ ਹੈ ਜਿਹੜੀ ਕਿ ਬਹੁਤ ਘੱਟ ਅੱਜ ਕੱਲ੍ਹ ਦਿਖਾਈ ਦਿੰਦੀ ਹੈ ਔਰ ਮੈਨੂੰ ਕਈ ਸਾਲ ਹੋ ਗਏ ਇਸ ਸਮਾਗਮ ਦੇ ਵਿੱਚ ਭਾਗ ਲੈਣ ਆਉਂਦਾ ਮੈਂ ਅਤੇ ਹਰ ਵਾਰ ਇੱਥੋਂ ਕੁਝ ਨਾ ਕੁਝ ਮੈਂ ਨਵਾਂ ਸਿੱਖ ਕੇ ਵੀ ਜਾਂਦਾ ਔਰ ਨਵਾਂ ਗ੍ਰਹਿਣ ਕਰਕੇ ਲੈ ਕੇ ਜਾਂਦਾ ਮੈਂ ਕੁਛ ਨਾ ਕੁਛ ਅਤੇ ਮੈਂ ਮੇਰੀਆਂ ਦਿਲੀ ਦੁਆਵਾਂ ਜਿਹੜੀਆਂ ਉਹ ਇਹ ਸਾਰੇ ਸਮਾਗਮ ਦੇ ਔਰ ਸਾਰੇ ਜੋ ਇਹ ਮਿੱਤਰ ਇਹਨਾਂ ਦੀ ਜੋ ਉਦੇਸ਼ ਨੇ ਉਹਨਾਂ ਦੇ ਨਾਲ ਨੇ ਅਤੇ ਮੈਂ ਅੱਗੇ ਤੋਂ ਵੀ ਇਸ ਤਰ੍ਹਾਂ ਮਤਲਬ ਇਹਦੇ ਵਿੱਚ ਹਿੱਸਾ ਲੈਂਦਾ ਰਹੂੰਗਾ ਅਤੇ ਮੈਂ ਚਾਹੁੰਦਾ ਕਿ ਇਹ ਦਿਨੋਂ ਦਿਨ ਵਧੇ ਫੁੱਲੇ ਔਰ ਦਿਨੋਂ ਦਿਨ ਤਰੱਕੀ ਕਰੇ।